ਇਹਨੀਆਂ ਸੰਗਤਾਂ ਬੈਠੀਆਂ ਹੋਣ ਤੇ ਆਵਾਜ਼ ਨਾਲ ਇਹ ਪੰਡਾਲ ਨਾ ਗੂੰਜੇ ਗੱਲ ਪੜਦੀ ਨਹੀਂ ਸਤ ਸੰਗਤ ਜੀ ਕਰੋ ਕਿਰਪਾ ਆਪ ਜਿੰਨੇ ਵੀ ਬੈਠੇ ਹੋ ਗ੍ਰਸਤੀ ਹੋ ਸੰਸਾਰੀ ਹੋ ਤੇ ਕੁਝ ਨਾ ਕੁਝ ਤੇ ਚਾਹੀਦੇ ਕਿਸੇ ਨੂੰ ਕੰਮ ਕਾਰ ਵਿੱਚ ਵਾਧਾ ਚਾਹੀਦੇ ਕਿਸੇ ਨੂੰ ਸਰੀਰ ਦੀ ਦੇ ਅਰੋਗਤਾ ਕੋਈ ਧੀਆਂ ਪੁੱਤਰਾਂ ਦੇ ਸੁੱਖ ਮੰਗਦੇ ਕੋਈ ਕਮਾਈ ਵਿੱਚ ਬਰਕਤ ਚਾਹੁੰਦੇ ਕੋਈ ਕੁਝ ਚਾਹੁੰਦਾ ਕੋਈ ਕੁਝ ਚਾਹੁੰਦਾ ਜੋ ਚਾਹੀਦੇ ਮੰਗੋ ਸਤਿਗੁਰ ਕੋਲੋਂ ਪਰ ਇਹ ਪੰਕਤੀਆਂ ਪੜਦਿਆਂ ਹੋਇਆਂ ਤੋ ਆਓ ਪਿਆਰਿਓ ਇੱਕ ਵਾਰੀ ਦਾਸ ਬੋਲਣਗੇ ਇੱਕ ਵਾਰੀ ਸਾਰੀ ਸੰਗਤ ਉੱਚੀ ਆਵਾਜ਼ ਵਿੱਚ ਲਗਵਾਓ ਹਾਜ਼ਰੀ ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਏ ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਸਾਲਣਾ ਉੱਤੇ ਟੁੱਟਣ ਤਾਰੂ ਪੱਤਿਆਂ ਜਿਹੜਾ ਪਾਣੀ ਉੱਤੇ ਉਹ ਤੇ ਨੂੰ ਕਿਉਂ ਨਾ
गुरु